ਜੈ ਮਾਤਾ ਦੀ। ਤੁਸੀਂ ਦੇਖਿਆ ਹੋ ਗ੍ਰਿਡ ਜੰਮੂ ਅਤੇ ਮੈਂ ਪੰਕਜ ਖਜੂਰੀਆ। ਚੇਤਨ ਨਵਰਾਤਰੇ ਸ਼ੁਰੂ ਹੋਈ ਇਹ ਦਿਨ ਤੁਸੀਂ ਤੁਹਾਡੇ ਪਰਿਵਾਰੀ ਚੇਤਨ ਨਵਰਾਤਰੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਮਾਂ ਭਗਵਤੀ ਮਾਂ ਕਾਲੀ ਦੀ ਅਪਾਰ ਕਿਰਪਾ ਅਨੁਕੰਪਾ ਤੁਹਾਡੇ ਉੱਪਰ ਬਣੀ ਰਹੋ, ਇਸੀ ਮਨੋਕਾਮਨਾ ਕਰਨਾ। ਔਰ ਭਜਨ ਵੀ ਜਿਹੜਾ ਆ ਅੱਜ ਬੜਾ ਸ਼ੈਲ ਭਜਨ, ਤੋਂ ਦੇਖੋ ਮੇਰੇ ਹੱਥ ਪੋਸਟਰ ਹੈ, ਬਾਵੇ ਵਾਲੀ ਮਾਂ ਦੀ ਹੁੰਦੀ ਜੈ ਜੈਕਾਰ। ਔਰ ਗੁਰਤਲਬ ਹੈ ਕਿ ਬਾਵੇ ਵਾਲੀ ਕਾਲੀ ਮਾਤਾ ਜਿਹੜੀਆਂ ਹਨ ਉਹ ਜੰਮੂ ਦੀ ਅਧਿਸ਼ਟਾਤਰੀ ਦੇਵੀ ਵੀ ਹਨ। ਔਰ ਆਏ ਦਿਨ ਤੁਸੀਂ ਦੇਖਦੇ ਹੋ, ਚਾਹੇ ਸੋਮਵਾਰ ਹੋਇਆ, ਮੰਗਲਵਾਰ ਹੋਇਆ, ਵੀਰਵਾਰ ਹੋਇਆ, ਐਤਵਾਰ ਹੋਇਆ, ਉੱਥੇ ਲੋਕਾਂ ਦਾ ਸ਼ਰਧਾਲੂ ਦਾ ਆਉਣਾ ਔਰ ਮੱਥਾ ਟੇਕਣਾ ਇੱਕ ਰੂਟੀਨ ਦਾ ਜਿਹੜਾ ਹੈ ਉਹ ਉਹਦੀ ਬਣੀ ਦੀ ਹੈ। ਇਸ ਗੱਲੋਂ ਗੱਲਬਾਤ ਕਰਨੇ ਤਾਂ ਭਜਨ ਜਿਹੜਾ ਰਿਲੀਜ਼ ਹੋਇਆ ਮੰਤਰ ਰਜੇਸ਼ ਹੋਣ ਔਰ ਕੁਲਦੀਪ ਜਸਰੋਟੀ ਹੋਰ ਨੇ ਜਿਹੜੇ ਸਿੰਗਰ ਨੇ ਔਰ ਇਹਦੀ ਪੂਰੀ ਟੀਮ ਹੈ, ਇਹਦੇ ਨਾਲ ਗੱਲਬਾਤ ਕਰਕੇ ਜੈ ਮਾਤਾ ਦੀ ਮੁਬਾਰਕਾਂ ਤੋਂ ਮਤੇ ਮਤੀਆਂ ਨਵੇਂ ਸਾਲਾਂ ਦੀਆਂ ਵੀ ਮੁਬਾਰਕਾਂ ਤੁਸੀਂ ਗੀ ਔਰ ਚੇਤਰ ਦੇ ਨਵਰਾਤਰੇ ਜਿਹੜੇ ਆਏ ਦੇ ਨੇ ਉਹਦੀ ਵੀ ਵਧੀ ਵਧੀ ਵਧਾਈ। ਗੱਲ ਇਹ ਹੈ ਕਿ ਕੁਲਦੀਪ ਜਸਰੋਟੀ ਨੇ ਇੱਕ ਪਹਿਲ ਪਹਿਲਾਂ ਵੀ ਕੀਤੀ ਅਤੇ ਉਹ ਬਾਰਡਰ ਇਲਾਕੇ ਜਰੋਣੇ ਵਾਲਾ ਸੁਚੇਤਗੜ੍ਹ ਬਾਰਡਰ ਦਾ ਨੌਜਵਾਨ ਹੈ ਜਿਹਨੇ ਇਹ ਭਜਨ ਗਾਇਆ ਔਰ ਭਜਨ 'ਚ ਵੀ ਇੱਕ ਐਸਾ ਸੁਨੇਹਾ ਕਿ ਮਾਂ ਕਲਕੱਤੇ ਦੇ ਆਈ ਕਿਹਾਂ ਕਿਹਾਂ ਕੁਨੇ ਲਿਆਂਦਾ ਕੀ ਗੱਲ ਹੈ, ਉਹ ਗਾਥਾ ਅਲੱਗ ਹੈ ਲੇਕਿਨ ਭਜਨ ਬੜਾ ਖੂਬਸੂਰਤ ਹੈ ਜਿਸੀ ਕੁਮਾਰ ਗੌਰਵ ਹੋਣੇ ਔਰ ਸ਼ੁਭਮ ਜਿਹੜਾ ਨਵੀਂ ਪੀੜ੍ਹੀ ਦਾ ਇੱਕ ਨੌਜਵਾਨ ਹੈ ਉਹ ਕਰਦਾ ਔਰ ਬਪਿੰਦਰ ਪ੍ਰੋਟੈਕਸ਼ਨ ਵਾਲਾ ਜਿਹੜਾ ਉਹਨੇ ਸਾਰਾ ਅਸੀਂ ਵੀਡੀਓ ਕੀਤੇ ਦਾ ਔਰ ਇਹਦੀ ਆਪਣੀ ਸਾਡੇ ਕੁਲਦੀਪ ਹੁੰਦੀ ਹੈ ਜਸਰੋਟੀ ਹੁੰਦੀ ਹੈ ਕੇ ਜੀ ਪ੍ਰੋਡਕਸ਼ਨ ਹੈ ਜਿਹਦੇ 'ਚ ਅੱਜ 12 ਵਜੇ ਕੰਨੇ ਇਹ ਰਿਲੀਜ਼ ਹੋ ਜਾਣਾ। ਮੇਰੇ ਕੰਨੇ ਕਰਨ ਸਿੰਘ ਜੀ ਨੇ ਜਿਹੜੇ ਕਿ ਧਾਰਮਿਕ ਸੰਗਠਨ ਕੰਨੇ ਵੀ ਹਨ ਔਰ ਉਪਾਧਿਅਕਸ਼ ਵੀ ਹਨ ਔਰ ਉਹਦੇ ਕੰਨੇ ਗਏ ਮਾਨਵ ਜੀ ਨੇ, ਮਹਾਜਨ ਜੀ ਜਿਹੜੇ ਸਾਡੇ ਵਿੱਚ ਅੱਜ ਬੈਠੇ ਦੇ ਨੇ, ਭੁਪਿੰਦਰ ਜੀ ਨੇ ਜਿਹੜੇ ਤੁਹਾਡੇ ਪ੍ਰੈਸ ਦੇ ਵੀ ਹਨ ਔਰ ਅੱਛਾ ਇਹ ਕੰਮ ਲਈ ਚੱਲਦੇ ਨੇ। ਮੈਂ ਤਾਂ ਇੱਕੋ ਗੱਲ ਆਖਣਾ ਕਿ ਮਾਂ ਬਾਬੇ ਵਾਲੀ ਐਸੀ ਕਿਰਪਾ ਕਰੇ, ਇਹੋ ਜਿਹੇ ਭਜਨ ਲਿਖਦਾ ਰਹੋ, ਇਹੋ ਜਿਹੇ ਭਜਨ ਗਾਉਂਦੇ ਰਹੋ ਔਰ ਬਾਬੇ ਵਾਲੀ ਮਾਤਾ ਜੀ ਪਰ ਕਿਰਪਾ ਰੱਖੇ, ਇਸੀ ਲਈ ਹੈਗੇ ਅੱਜ ਅਸ ਪ੍ਰੈਸ ਕਲੱਬ 'ਚ ਸਾਰੇ ਤੁਹਾਡੇ ਕੋਲ ਇਕੱਠੇ ਹੋਏ। ਕੀ ਕੁਛ ਹਿਸਟਰੀ ਹੈ ਕਾਲੀ ਮਾਤਾ ਕਲਕੱਤੇ ਦਾ, ਇੱਥੇ ਕਿੰਨਾ ਹੈ ਰਾਜਾ ਜੰਬੂ ਲੋਚਨ ਦੇ ਭਰਾ ਬਾਹੂ ਲੋਚਨ ਨੇ ਕਿੰਨੇ ਇੱਥੇ ਮੰਦਰ ਬਣਾਇਆ, ਉਹ ਸਾਰੀ ਮਨਦੰਦੋ ਵਾਲਾ ਵੀ ਅੱਜ ਸੁਣਗੇ ਔਰ ਮੇਰੇ ਕੋਲ ਮੈਨੂੰ ਲੱਗਦਾ ਕਿ ਇਹਦੇ ਕੋਲ ਵੱਡਾ ਤਿਹਾੜਾ ਕੋਈ ਹੋ ਹੀ ਨਹੀਂ ਸਕਦਾ ਇਸ ਜਾਣਕਾਰੀ ਦਾ। ਲੇਕਿਨ ਜਿਹਨੇ ਗਾਣਾ ਕੱਢਿਆ ਤਾਂ ਪਹਿਲਾਂ ਉਹਦੇ ਕੰਨੇ ਗੱਲਬਾਤ ਕਰ ਲੈਂਦੇ ਹਾਂ, ਦੋ ਬੋਲ ਭਜਨ ਦੇ ਉਹਦੇ ਕੋਲ ਸੁਣ ਲੈਂਦੇ ਹਾਂ। ਕੁਲਦੀਪ ਜੀ ਮੇਰੇ ਮੁਬਾਰਕਾਂ, ਮੈਂ ਚਾਹੁੰਦਾ ਕਿ ਤੁਸੀਂ ਜਿਹੜੇ ਦੋ ਬੋਲੇ ਕੋਲ ਸਟਾਰਟ ਕਰੋ। ਜੈ ਮਾਤਾ ਦੀ, ਜੈ 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 ਮਾਂ ਬਾਵੇ ਵਾਲੀ ਮਾਂ, ਓਹੋ ਜੈ 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 ਮਾਂ ਬਾਵੇ ਵਾਲੀ ਮਾਂ, ਹੋ ਬਾਵੇ ਵਾਲੀ ਮਾਂ ਦੀ ਜੈ ਹੋ, ਓ ਬਾਵੇ ਵਾਲੀ ਮਾਂ ਦੀ ਹੁੰਦੀ ਜੈ ਜੈਕਾਰ, ਬਾਵੇ ਵਾਲੀ ਮਾਂ ਦੀ ਕਰਦੇ ਜੈ ਜੈਕਾਰ। ਦੂਰੋਂ ਦੂਰੋਂ ਭਗਤ ਨੇ ਆਉਂਦੇ ਮਾਂ ਦੇ ਦਰ ਤੇ ਹਾਜ਼ਰੀ ਲਾਉਂਦੇ, ਬਾਵੇ ਵਾਲੀ ਮਾਤਾ ਦੇ ਦਰ ਚੰਡੇ ਚੁੱਲਣ ਲਾਲ, ਬਾਵੇ ਵਾਲੀ ਮਾਂ ਦੀ ਹੁੰਦੀ ਜੈ ਜੈਕਾਰ, ਬਾਵੇ ਵਾਲੀ ਮਾਂ ਦੀ ਕਰਦੇ ਜੈ ਜੈਕਾਰ। ਜੈ ਮਾਤਾ ਦੀ। ਬੋਲ ਵੀ ਭੁੱਲ ਗਏ? ਹਾਂਜੀ ਹਾਂ, ਸਭ ਕੁਛ ਆਪਣਾ ਹੀ, ਹਾਂਜੀ ਹਾਂ ਸਭ ਕੁਛ ਆਪਣਾ, ਬੋਲ ਵੀ ਆਪਣੇ ਨੇ ਔਰ ਸੁਰ ਵੀ ਆਪਣੇ ਨੇ ਔਰ ਭਜਨ ਵੀ ਰਿਲੀਜ਼। ਕਿੰਨੇ ਵਜੇ ਹੋਇਆ, ਕਿਹੜੇ ਚੈਨਲ ਉੱਪਰ ਹੋਇਆ? 12 ਵਜੇ ਹੋਇਆ ਮੇਰੇ ਯੂਟਿਊਬ ਚੈਨਲ ਕੇ ਜੇ ਪ੍ਰੋਡਕਸ਼ਨ ਉੱਪਰ। ਹਾਂਜੀ ਹਾਂ, ਹਾਂਜੀ ਹਾਂ, ਸਾਰੇ ਅੱਗੇ ਹੱਥ ਜੋੜੀਏ, ਬੇਨਤੀ ਆ ਜ਼ਿਆਦਾ ਕੋਲੋਂ ਜ਼ਿਆਦਾ ਪਿਆਰ ਦਿਓ ਉਸ ਭਜਨੀ। ਇਹ ਯੂਟਿਊਬ ਚੈਨਲ ਕੇ ਜੇ ਪ੍ਰੋਡਕਸ਼ਨ ਉੱਪਰ ਹੋ ਆਇਆ ਆ, ਤਾਂ ਮੇਰੇ ਸਾਰੇ ਸਿੰਗਰ ਭਰਾਏ ਵੀ ਉਹ ਹੈ, ਜ਼ਿਆਦਾ ਕੋਲੋਂ ਜ਼ਿਆਦਾ ਸਪੋਰਟ ਕਰੋ ਸਾਰੇ ਜਾਣੇ। ਜੈ ਮਾਤਾ ਦੀ। ਇਹ ਦੇਖੋ ਇਹ ਜਿਹੜੀ ਸਿੰਗਰ ਬਰਾਦਰੀ ਨੇ ਸਪੈਸ਼ਲੀ ਇਹਨੇ ਆਖਿਆ ਆ ਨਾਤੇ ਚਲਾਇਆ ਘਰ ਵੀਡੀਓ ਸਪੋਰਟ। ਅੱਛਾ ਉਹ ਗੱਲਬਾਤ ਕਰਾ ਰਹੇ ਮਾਤਾ ਰਾਣੀ ਕਿੰਨਾ ਹੈ, ਥੋੜ੍ਹਾ ਜਿਹਾ ਦੱਸਦੇ ਤੁਸੀਂ ਕਿਸੇ ਵਿਚਾਰ ਅੱਜ ਪ੍ਰਕਾਸ਼ ਪਾ ਕੇ, ਇਹਦੇ ਕੋਲੋਂ ਵੱਡਾ ਤਿਹਾੜਾ ਕੋਈ ਹੋ ਹੀ ਨਹੀਂ ਸਕਦਾ। ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਂਚੇ ਦਰਬਾਰ ਕੀ ਜੈ।
ਗੱਲ ਇਹ ਹੈ ਕਿ ਰਾਜਾ ਜੰਬੂ ਲੋਚਨ ਤੇ ਬਹੁ ਲੋਚਨ ਇਹ ਉਹ ਸ਼ਿਕਾਰੀ ਇਹ ਰਹਿੰਦੇ ਸਿਆਲਕੋਟ ਵਾਲੇ ਪਾਸਾ, ਇਹ ਉਦੋਂ ਤੇ ਪਾਕਿਸਤਾਨੀ ਹਿੰਦੁਸਤਾਨ ਤੇ ਆਖਦੇ ਕਿ ਜਿਲ੍ਹਾ ਉਹ ਆਇਆ ਸ਼ਿਕਾਰ ਖੇਡਦਾ ਖੇਡਦਾ ਜਿਲ੍ਹਾ ਇਸ ਜੰਮੂ ਦੀ ਧਰਤੀ ਨੂੰ ਪੁੱਜਿਆ ਤੇ ਦਿਖਦਾ ਹੈ ਕਿ ਸ਼ੇਰ ਤੇ ਬੱਕਰੀ ਇਕੱਠੇ ਇਕਣਿਆ ਇਲਾਕਾ ਹੀ ਹੈ ਮਹਾਰਾਜ। ਰਾਤੀ ਸੁੱਤੇ ਇਹ ਸੋਚੇ ਚ ਡੁੱਬੇ ਦੇ ਤੇ ਰਾਤੀ ਮਾਂ ਬਾਵੇ ਵਾਲੀ ਸੁਖਨੇ ਚ ਆਈ ਮਾਂ ਕਾਲੀ ਕਿ ਰਾਜਾ ਕਲਕੱਤੇ ਬੈਠੇ ਦੀਆਂ ਮਨ ਕਰਾ ਜੰਮੂਆਂ ਤੇਰੇ ਇੱਥੇ ਆਵਾਂ, ਤੂੰ ਮੀਰ ਅਗਰ ਲੈਣ ਆਏ ਤੇ ਮੈਂ ਆਣੇ ਗੀ ਤਿਆਰ ਹਾਂ। ਆਖਦੇ ਕਿ ਰਾਜਾ ਆਪੂ ਗਿਆ ਤੇ ਜਾਂਦੇ ਜਾਂਦੇ ਉਸਲੇ ਬੈਲ ਗੱਡੀਆਂ ਹੀ ਆ, ਉਦੋਂ ਕਿੱਥੇ ਇਹ ਕੋਈ ਗੱਡੀਆਂ ਗੁੱਡੀਆਂ ਜਾਂ ਟ੍ਰੇਨਾਂ ਥੋੜ੍ਹੀਆਂ ਹੀ ਆ। ਬੈਲ ਗੱਡੀਆਂ ਪਰ ਜਲੈ ਲਿਆਂਦਾ ਮਾਂ ਦੀ ਪਿੰਡੀਆਂ ਹੀ ਆ, ਪਿੰਡੀਆਂ ਸਵਰੂਪ ਜਲਾਂਦੀਆਂ। ਆਖਦੇ ਜਿੱਥੇ ਮਾਂ ਰੁਕਿਆ ਕੁੱਥੇ 6 ਕਰੋੜ ਦੇ ਬਾਅਦ ਬਲੀ ਮੰਗਿਆ, ਮਾਂ ਬਲੀ ਮੰਗਿਆ, ਉਹ ਬਲੀ ਦਿੰਦਾ ਆਇਆ ਜਿਲ੍ਹਾ ਪੁੱਜਦਾ ਜੰਮੂ ਦੀ ਧਰਤੀ ਦੇ ਲਾਗੇ ਪੁੱਜਿਆ। ਆਖਦੇ ਇੱਥੇ ਆਈ ਹੈ ਮਾਤਾ ਨੇ ਆਖਿਆ ਬਲੀ ਦੇ, ਪਕਸ਼ੀ ਪਕਸ਼ੂ ਔਰ ਬੜੇ ਜਿਹੜੀਆਂ ਬਲੀਆਂ ਦਿੰਦੇ ਲੋਕ, ਧੁੱਪੀਆਂ ਨਹੀਂ ਲੱਭੀਆਂ, ਬੜਾ ਪਰੇਸ਼ਾਨ ਹੋਇਆ ਮਾਤਾ ਅਗਰ ਨਹੀਂ ਗਈ ਤੇ ਮੇਡੀ ਦੂਰਾ ਲਈ ਆਇਆ। ਆਖਦੇ ਕਿ ਮਾਂ ਕਾਲੀ ਨੇ ਆਖਿਆ ਵੀ ਬਸ ਰਾਜਾ, ਆਖਦੇ ਕਿ ਉਸ ਬੱਲੇ ਉਹਨੇ ਤਲਵਾਰ ਕੱਢੀ ਵੀ ਮੈਂ ਆਪਣੀ ਬਲੀ ਦੇਈ ਉੱਨਾ, ਮੰਮੀ ਤਾਂ ਬਲੀ ਦੇ ਸਕਣਾ। ਮਾਂ ਨੇ ਉਸੇ ਆਖਿਆ ਮੈਂ ਖੁਸ਼ ਹੋਈ ਤੇਰੇ ਪਰ, ਤੂੰ ਤਿਆਰ ਹੋਇਆ, ਮੈਂ ਪ੍ਰੀਖਿਆ ਲੈ ਦੀ, ਚੱਲ ਮੀ ਲਈ ਚੱਲ ਹੁਣ ਉੱਥੇ। ਆਖਦੇ ਨੇ ਕਿ ਉੱਥੇ ਬੱਬਿਆ ਮੰਦਰ ਜਿਹੜਾ ਜੀ ਬਣੇਦਾ ਤੁਸੀਂ ਦਿਖਦੇ ਹੋ, ਮਾਂ ਦੀ ਪਿੰਡੀਆਂ ਦਾ ਬਿਰਾਜਮਾਨ ਹੋਈਆਂ। ਔਰ ਉਹ ਤੁਸੀਂ ਨਵੀਂ ਗੱਲ ਇਹ ਦੇਖਿਓ ਕਿ ਜਿਹੜੀ ਸੂਰਿਆ ਪੁੱਤਰੀ ਰਾਜਾ ਭੈਰ ਦੇਵ ਨੇ ਜਿਹੜੇ ਲਿਆਂਦਾ ਜੀ ਸੀ ਉਹ ਵੀ ਕੰਨੇ ਬਗਾਦੀ ਹੈ ਮਹਾਰਾਜ। ਆਖਦੇ ਨੇ ਕਿ ਗੜ ਕਲਕੱਤਿਆ ਚਲੀ ਕਾਲ ਕਹਾ ਵਿੱਚ ਜੰਮੂ ਦੇ ਆਈ ਜੀ, ਜੰਮੂ ਪੁੱਜੀ ਮਾਤਾ ਰਾਣੀ ਮਹਾਰਾਜ ਜੀ, ਲੇਕਿਨ ਜੰਮੂ ਸ਼ਹਿਰ ਕੋਹਦਾ, ਜੰਮੂ ਸਾਡਾ ਜਿਹੜਾ ਹੈ ਦੇਵਤੇ ਦੀ ਧਰਤੀ, ਇਸ ਕਰੀ ਮੰਨੀ ਗਈ ਕਿ ਪਾਰਲੇ ਪਾਸੇ ਪੀਰ ਖੋ ਹੈ ਜਾਮਬੰਤ ਦੀ ਗੁਫਾ, ਉੱਥੇ ਭਗਵਾਨ ਕ੍ਰਿਸ਼ਨ ਦਾ ਯੁੱਧ ਹੋਇਆ ਜਾਮਬੰਤੀ ਮਣੀ ਵਾਸਤੇ ਤੇ ਜਾਮਬੰਤੀ ਕਨੇ ਵਿਆਹ ਹੋਇਆ ਮਹਾਰਾਜ। ਇਹ ਦੇਵਤੇ ਦੀ ਧਰਤੀ ਦੇਖਦੇ ਕਿ ਮਹਾਰਾਜ ਬੜਾ ਸੁੰਦਰ ਸਾਡੇ ਡੋਗਰੀ ਕਵੀ ਜੀ ਅੱਜ ਕੁਲਦੀਪ ਜਸਰੋਟੀਆ ਗਾਦ ਹੈ, ਉਸਲੇ ਵੀ ਲੋਕ ਆਖਦੇ ਕਿ ਰੁਆ ਰਿਹਾ ਜੰਮੂ ਹੈ ਪਾ ਰਿਹਾ ਬਾਵਾ ਵਿੱਚ ਕੁਦਰਤ ਦਾ ਬਾਸਾ ਮੜਿਆ ਆ ਜੰਮੂ ਆ ਜਾਗਾ ਨਹੀਂ ਨਿਰਾਸ਼ਾ। ਇੱਥੋਂ ਨਿਰਾਸ਼ ਕੋਈ ਜਾ ਹੀ ਨਹੀਂ ਸਕਦਾ, ਇਹ ਜੰਮੂ ਧਰਤੀ ਜਿਹੜੀ ਹੈ ਨਾ ਇਹ ਫਕੀਰਾਂ ਦੀ ਧਰਤੀ ਹੈ, ਦੇਵਤਿਆਂ ਦੀ ਧਰਤੀ ਹੈ ਔਰ ਮਾਂ ਬਾਵੇ ਵਾਲੀ ਦੀ ਧਰਤੀ ਹੈ। ਜੇ ਪਰ ਉਹਦੀ ਕਿਰਪਾ ਹੋਈ ਅਸੀਂ ਕੋਈ ਚੀਜ਼ ਦਾ ਡਰ ਨਹੀਂ ਦਿੰਦਾ ਮਹਾਰਾਜ ਜੀ। ਪੂਰੀ ਵਿਸਤ੍ਰਿਤ ਜਿਹੜੀ ਜਾਣਕਾਰੀ ਹੈ ਅੱਜ ਤੁਸੀਂ ਮਨ ਤੁਹਾਡੇ ਕੋਲੋਂ ਸੁਣੀ, ਕਰਨ ਸਿੰਘ ਹੋਰ ਵੀ ਸਾਡੇ ਕੰਨੇ ਨੇ, ਕਿੰਨਾ ਦੇਖਦੇ ਹੋ ਇਸ ਗਾਣੇ ਹੀ? ਕੱਲ੍ਹ ਸਾਰੀ ਰਾਤ ਮੈਂ ਸਵਰਗ ਕੀ ਸੈਰ ਕਰਤਾ ਰਹਾ, ਸੁਬਹ ਉੱਠ ਕਰ ਦੇਖਾ ਤੋ ਮੇਰਾ ਸਰ ਮਾਂ ਕੀ ਗੋਦ ਮੇ ਥਾ, ਮਾਂ ਕੀ ਗੋਦ ਮੇ ਹੀ ਸਵਰਗ ਕਾ ਨਜ਼ਾਰਾ ਦੇਖ ਮਿਲ ਸਕਤਾ ਹੈ। ਔਰ ਯੇ ਹਮ ਜੰਮੂ ਵਾਲੇ ਖੁਸ਼ਕਿਸਮਤ ਹੈ ਕਿ ਹਮ ਬਾਵੇ ਵਾਲੀ ਮਾਤਾ ਕੀ ਗੋਦ ਮੇ ਹੈ, ਔਰ ਯੇ ਜੰਮੂ ਕੀ ਪਾਵਨ ਧਰਤੀ ਜੋ ਹੈ ਸਵਰਗ ਸੇ ਕਮ ਨਹੀਂ ਹੈ, ਔਰ ਆਪਣੀ ਮਾਂ ਕੀ ਜਿਸਨੇ ਸੇਵਾ ਕੀ ਹੈ ਉਸਨੇ ਕਭੀ ਕਮੀ ਨਹੀਂ ਆਪਣੇ ਜੀਵਨ ਮੇ ਦੇਖੀ ਹੈ। ਕੁਲਦੀਪ ਜਸਰੋਟੀਆ ਜੀ ਮਾਂ ਬੋਲੀ ਡੋਗਰੀ ਕੀ ਵੀ ਸੇਵਾ ਕਰ ਰਹੇ ਹੈ ਔਰ ਮਾਂ ਬਾਵੇ ਵਾਲੀ ਕੀ ਵੀ ਸੇਵਾ ਕਰ ਰਹੇ ਹੈ, ਔਰ ਇਸ ਲਈ ਜੰਮੂ ਵਾਸੀਓ ਸੇ ਯੇ ਨਿਵੇਦਨ ਕਰਤੇ ਹੈ ਕਿ ਇਨਕੋ ਵੀ ਭਰਪੂਰ ਪਿਆਰ ਦੀਜੀਏ, ਇਨਕੇ ਭਜਨ ਕੋ ਵੀ ਪਿਆਰ ਦੀਜੀਏ, ਤਾਂ ਕਿ ਯੇ ਜੋ ਬਾਰਡਰ ਸੇ ਚਲਕਰ ਜੰਮੂ ਕੀ ਤਰਫ ਆਏ ਹੈ ਇਨਕੋ ਲਗੇ ਕਿ ਮੁਝੇ ਪੂਰੇ ਜੰਮੂ ਕਸ਼ਮੀਰ ਸੇ ਪ੍ਰੇਮ ਮਿਲ ਰਿਹਾ ਹੈ, ਪਿਆਰ ਮਿਲ ਰਿਹਾ ਹੈ, ਤਾਂ ਕਿ ਯੇ ਆਗੇ ਔਰ ਵੀ ਨਿਖਰ ਕਰ ਬਾਹਰ ਆਏ ਔਰ ਐਸੇ ਕਲਾਕਾਰ ਇਨ ਸੇ ਪ੍ਰੇਰਿਤ ਹੋਕਰ
और भी आगे आएं और मां बावे वाले की इसी प्रकार से गुणगान करते रहें, यही हमारी तरफ से सभी जनता को निवेदन रहेगा और महंत जी के चरणों में प्रणाम रहेगा। ज्यादा लाइक शेयर करो और भजन रिलीज होइए दा, बड़ी गल है कि भजन हुन और भी रिलीज होने ना, लेकिन डोगरी च भजन रिलीज होना और मंत हुंदा आना और कन्ने कन्ने मां बावे आली काली माता दी पूरी हिस्ट्री कियां इत्थे आई ओह सुनाना अपने आप च इक मैं लगदा कि अच्छी शुरुआत होगी नराते च। बड़े सारे लोगों की पता नहीं होनी सारी चीजा, लेकिन भजन कनिया लग्या अपनी वैल्यू कमेंट सैक्शन जरूर रखो। देखते रहो ग्रेट जम्मू, तो कैमन सिंह ने मैं पंकज खिचड़ी, जय हिंद।